ਐਡਵੋਕੇਟ ਜਨਰਲ ਆਫਿਸ ਦੇ ਵਿੱਚ ਵੀ ਰਕਮਾ ਕਰਨ ਦਾ ਐਲਾਨ ਕੀਤਾ ਸਾਡੇ ਸੀਐਮ ਸਾਹਿਬ ਨੇ ਜੀ ਉਹ ਫਿਰ ਚੈਲੰਜ ਹੋਗਾ ਜੀ ਫੈਸਲਾ ਉਹਨਾਂ ਕਲੇ ਇਹ ਉਸ ਦਿਨ ਹੀ ਆਪਾਂ ਕਹਿਆ ਸੀਗਾ ਕਿ ਹੋਏਗਾ ਚੈਲੰਜ ਕਿਉਂਕਿ ਉਸ ਦਿਨ ਆਪਾਂ ਬਖਾਇਦਾ ਇਸ਼ਤਿਹਾਰ ਦੱਸਿਆ ਸੀਗਾ ਦਿਖਾਇਆ ਸੀਗਾ ਕਿ ਜੇ ਉਹ ਇਹਨਾਂ ਨੇ ਪਹਿਲਾਂ ਹੀ ਐਡਵਰਟਾਈਜ਼ਮੈਂਟ ਦਿੱਤੀ ਆ ਤਾਂ ਉਸ ਤੋਂ ਬਾਅਦ ਕਿਉਂਕਿ ਇਹੀ ਸ਼ਬਦ ਇਸਤੇਮਾਲ ਕੀਤਾ ਸੀ ਸੀਐਮ ਸਾਹਿਬ ਨੇ ਕਿ ਉਸੇ ਹੀ ਭਰਤੀ ਦੀ ਜਾਂ ਉਸੇ ਨਿਯੁਕਤੀ ਦੀ ਲਗਾਤਾਰਤਾ ਪਰ ਤਿੱਤਨੀ ਸ਼ਬਦ ਆਪਾਂ ਇਸਤੇਮਾਲ ਕਰ ਸਕਦੇ ਕਿ ਉਸੇ ਹੀ ਐਡਵਰਟਾਈਜ਼ਮੈਂਟ ਦੀ ਇਹ ਲਗਾਤਾਰਤਾ ਹੈ ਜੋ ਅਪ੍ਰੈਲ ਚ ਆਇਆ ਜੀ ਹੁਣ ਇਹਨੂੰ ਚੈਲੰਜ ਕਰ ਦਿੱਤਾ ਕੋਈ ਸਾਹਬ ਨੇ ਮੁਹਾਲੀ ਤੋਂ ਈਸ਼ਾਨ ਜੀ ਉਹਨਾਂ ਨੇ ਇਹਨੂੰ ਚੈਲੰਜ ਕਰ ਦਿੱਤਾ ਉਹ ਕਹਿੰਦੇ ਕਿ ਤੁਸੀਂ ਵਿਸ਼ੇਸ਼ ਭਾਈਚਾਰੇ ਵਾਸਤੇ ਮਤਲਬ ਕਿ ਐਸਸੀ ਭਾਈਚਾਰੇ ਵਾਸਤੇ ਅਲੱਗ ਤੋਂ ਐਡਵਰਟਾਈਜ਼ਮੈਂਟ ਕਿੱਦਾਂ ਦੇ ਸਕਦੇ ਹੋ ਆਹੀ ਗੱਲ ਮੈਂ ਕਹਿ ਰਿਹਾ ਸੀਗਾ ਤੇ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਜੋ 2017 ਵਾਲਾ ਕਾਨੂੰਨ ਕੈਪਟਨ ਸਰਕਾਰ ਲੈ ਕੇ ਆਈ ਸੀ ਲਾਅ ਅਫਸਰਾਂ ਦੀ ਨਿਯੁਕਤੀ ਵਾਲਾ ਸੋਧ ਕੇ ਭਈ ਇਹ ਉਹਦਾ ਉਲੰਘਣ ਕਰ ਰਿਹਾ ਹੈ ਸਪਸ਼ਟ ਤੌਰ ਤੇ ਇਹ ਉਲੰਘਣ ਕਰ ਰਿਹਾ ਹੈ ਜਾਂ ਤਾਂ ਪਹਿਲਾਂ ਕਾਨੂੰਨ ਬਦਲੋ ਆਪ ਦਾ ਮੈਂ ਤਾਂ ਹਾਲੇ ਵੀ ਹੁਣ ਚਲੋ ਮੈਂ ਦੁੱਖ ਨਹੀਂ ਰੋਣਾ ਚਾਹੁੰਦਾ ਮੈਂ ਆਰਟੀਆਈ ਪਾਈ ਸੀ ਇਹਦੇ ਬਾਬਤ ਕਿ ਕੀ ਤੁਸੀਂ ਇਹ ਪੋਸਟਾਂ ਪਹਿਲਾਂ ਸੈਂਕਸ਼ਨਡ ਕੀਤੀਆਂ ਨੇ ਜਾਂ ਕਿਹੜੀ ਡੇਟ ਨੂੰ ਹੋਈਆਂ ਨੇ ਸੈਂਕਸ਼ਨ ਹੋਣ ਦਾ ਤਲਾਸ਼ ਸੀ ਮੈਨੂੰ ਆਰਟੀਆ ਦਾ ਕੀ ਜਵਾਬ ਆਉਣਾ ਸੀ ਮੇਰਾ ਸਾਰਾ ਉਥੋਂ ਪਲੰਦਾ ਹੀ ਚੱਕ ਦਿੱਤਾ ਉਹਨਾਂ ਨੇ ਪੋਰਟਲ ਤੋਂ ਠੀਕ ਹੈ ਵਾਲਾ ਵੱਡਾ ਲਾਤਾ ਸੀ ਚਲੋ ਕੋਈ ਗੱਲ ਸਾਰਾ ਕੁਝ ਹੀ ਚੱਕ ਦਿੱਤਾ ਉਹਨਾਂ ਨੇ ਮੇਰਾ ਚਲੋ ਕੋਈ ਗੱਲ ਨਹੀਂ ਮੈਂ ਫੇਰ ਆਪਦਾ ਬਣਾਉਂਗਾ ਫੇਰ ਲਗਾ ਰਾਂਗਾ ਸਾਡਾ ਕੰਮ ਤੇ ਇਹੀ ਹੈ ਨਾ ਖੈਰ ਚਲੋ ਅੱਛਾ ਗੱਲ ਕੀ ਹੈ ਕਿ ਹੁਣ ਚੈਲੰਜ ਹੋਇਆ ਹਾਈ ਕੋਰਟ ਦੇ ਵਿੱਚ ਫੇਰ ਜਾ ਕੇ ਸਰਕਾਰ ਨੇ ਜਵਾਬ ਦਾਖਲ ਕਰਨਾ ਹੈ ਵੈਸੇ ਇਹਦੀ ਸੁਣਵਾਈ ਕਹਿੰਦੇ ਕਿ ਜਲਦ ਹੋ ਜਾਏਗੀ ਮੇਰਾ ਮਤਲਬ ਇਹ ਆ ਕਹਿਣ ਦਾ ਕਿ ਪਹਿਲਾਂ ਇਹੀ ਸਰਕਾਰ ਹਾਈ ਕੋਰਟ ਗਈ ਕਿ ਅਸੀਂ ਐਸਸੀ ਭਾਈਚਾਰੇ ਨੂੰ ਰਿਜ਼ਰਵੇਸ਼ਨ ਨਹੀਂ ਦੇਣਾ ਉੱਥੋਂ ਫੇਰ ਵਾਪਸ ਆ ਗਏ ਫਿਰ ਕਹਿੰਦੇ ਦੇਣਾ ਹੁਣ ਫੇਰ ਚੈਲੰਜ ਹੋ ਗਿਆ ਹੁਣ ਫੇਰ ਜਵਾਬ ਦੇਣਾ ਜੇ ਸਲਾ ਇੱਕ ਵਾਰੀ ਕਰ ਲਿਆ ਕਰੋ ਸਰਕਰ ਮਤਲਬ ਕਿ ਦੇਖੋ ਉਦੋਂ ਹੀ ਫੈਸਲਾ ਕਰਵਾ ਲਓ ਫਿਰ ਕਿ ਰਿਜ਼ਰਵੇਸ਼ਨ ਕਿਉਂਕਿ ਇਸ ਪਟੀਸ਼ਨ ਦਾ ਗਰਾਉਂਡ ਇੱਕ ਹੈ ਵੀ ਹੈ ਕਿਉਂਕਿ ਇੱਥੇ ਰਿਜ਼ਰਵੇਸ਼ਨ ਜਾਂ ਰਿਜ਼ਰਵੇਸ਼ਨ ਨਾਂ ਦਾ ਕੋਈ ਬਹਿਸ ਮਵੈਸਾ ਨਹੀਂ ਹੈ ਇਹ ਕਿ ਜੋ ਹੈ ਕਿ ਉਹ ਕਾਇਦੇ ਦੇ ਮੁਤਾਬਕ ਹੋ ਰਿਹਾ ਉਹਨਾਂ ਨੇ April 2022 ਦੇ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਦਾ ਜਿਹੜਾ ਫੈਸਲਾ ਆ ਉਹਨੂੰ ਵੀ ਵਿੱਚ ਕੋਰਟ ਕੀਤਾ ਕਿ ਅਸਲ ਦੇ ਵਿੱਚ ਉਥੇ ਇਹ ਨਿਰਧਾਰਤ ਕਰ ਦਿੱਤਾ ਗਿਆ ਸੀਗਾ ਕਿ ਭਾਈ ਜਿਹੜੀਆਂ ਨਿਯੁਕਤੀਆਂ ਨੇ ਇਹ ਕੋਈ ਸਥਾਈ ਨਿਯੁਕਤੀਆਂ ਨਹੀਂ ਐ ਇਹ ਕੁਝ ਸਮੇਂ ਵਾਸਤੇ ਕਿਸੇ ਐਕਸਪਰਟ ਦੀ ਸੇਵਾ ਲੈਣ ਵਾਲਾ ਮਾਮਲਾ ਹੈ ਤੇ ਇਹਦੇ ਵਿੱਚ ਰਿਜ਼ਰਵੇਸ਼ਨ ਨਹੀਂ ਦਿੱਤਾ ਜਾ ਸਕਦਾ ਦੇ ਨਾਲ ਕੋਰਟ ਕੀਤੀ ਗਈ ਹੈ ਜੋ ਉਹ ਜਜਮੈਂਟ ਆਈ ਹੈ ਇਹ ਵਿੱਚ ਉੱਥੇ ਲਿਖੀ ਗਈ ਹੈ ਸੋ ਇਸ ਕਰਕੇ ਮਾਮਲਾ ਜਦੋਂ ਉਸ ਨੂੰ ਅਧਾਰ ਬਣਾ ਕੇ ਕਿਹਾ ਹਾਂਜੀ ਹਾਂਜੀ ਦੋ ਗਰਾਊਂਡ ਨੇ ਕਿ ਇੱਕ ਤੇ ਕਿ 2117 ਵਾਲਾ ਜਿਹੜਾ ਕਾਨੂੰਨ ਪੰਜਾਬ ਸਰਕਾਰ ਨੇ ਹੀ ਬਣਾਇਆ ਪੰਜਾਬ ਸਰਕਾਰ ਉਹੀ ਰਹਿੰਦੀ ਹੈ ਨਾ ਪਾਰਟੀਆਂ ਬਦਲ ਦਿੰਦੀਆਂ ਸੱਤਾ ਤਾਂ ਪੰਜਾਬ ਸਰਕਾਰ ਦਾ ਆਪਣਾ ਹੀ ਬਣਾਇਆ ਜਿਹੜਾ ਕਾਨੂੰਨ ਆ ਪੰਜਾਬ ਸਰਕਾਰ ਉਹਦੇ ਉਲੰਘਣਾ ਕਰ ਰਹੀ ਆ ਤਾਂ ਸੈਕੰਡ ਗਰਾਉਂਡ ਕੀ ਹੈ ਕਿ ਜੋ ਮੱਧ ਪ੍ਰਦੇਸ਼ ਸਰਕਾਰ ਦਾ ਉੱਥੇ ਮਸਲਾ ਸੀਗਾ ਲਾਫਸਰਾਂ ਦੀ ਨਿਯੁਕਤੀ ਵਾਲਾ ਕਿ ਉਹਦੇ ਚ ਹਾਈ ਕੋਰਟ ਨੇ ਪਹਿਲਾਂ ਹੀ ਇੱਕ ਫੈਸਲਾ ਦਿੱਤਾ ਹੋਇਆ ਸਵਾਭਾ